ਸਤਿ ਸ਼੍ਰੀ ਅਕਾਲ ਜੀ। ਮੈਂ ਆਸ ਕਰਦਾ ਤੁਸੀਂ ਸਾਰੇ ਤੰਦਰੁਸਤ ਹੋਵੋਗੇ, ਠੀਕ ਹੋਵੋਗੇ। ਗੱਲ ਬੜੀ ਗੰਭੀਰ ਆ, ਇਸ ਕਰਕੇ ਕਰਨੀ ਜ਼ਰੂਰੀ ਆ ਅਤੇ ਸੰਗਤ ਨਾਲ ਕਰਨੀ ਜ਼ਰੂਰੀ ਆ। ਮੈਨੂੰ ਪਤਾ ਲੱਗਿਆ ਵੀ ਕਿਸਾਨ ਜਥੇਬੰਦੀਆਂ 'ਚੋਂ ਇੱਕ ਜਥੇਬੰਦੀ ਸੁਪਰੀਮ ਕੋਰਟ ਚਲੀ ਗਈ ਆ ਅਤੇ ਸੁਪਰੀਮ ਕੋਰਟ ਜਾ ਕੇ ਉਹਨਾਂ ਨੇ ਉੱਥੇ ਰਿਟ ਪਟੀਸ਼ਨ ਫਾਈਲ ਕਰਤੀ ਆ, ਇਹ ਜਿਹੜੀ ਲੈਜਿਸਲੇਸ਼ਨ ਆ ਉਹਨੂੰ ਚੈਲੇਂਜ ਕਰਨ ਵਾਸਤੇ। ਮੈਂ ਇਹ ਸਮਝਦਾ ਵੀ ਇਹ ਸੰਘਰਸ਼ ਨੂੰ ਜੇ ਕੋਈ ਇਸ ਟਾਈਮ ਬਿਨਾਂ ਕਿਸੇ ਸੇਧ ਤੋਂ, ਬਿਨਾਂ ਕਿਸੇ ਦਿਸ਼ਾ ਤੋਂ, ਇਸ ਸਟੈਪ ਤੋਂ ਮੈਨੂੰ ਇਹ ਸਮਝ ਆਉਂਦੀ ਆ ਜੇ ਕੋਈ ਤੋੜ ਰਿਹਾ ਤਾਂ ਉਹ ਜਥੇਬੰਦੀਆਂ ਖੁਦ ਤੋੜ ਰਹੀਆਂ। ਉਹਨਾਂ ਨੂੰ ਸੋਚਣ ਦੀ, ਸਮਝਣ ਦੀ ਜ਼ਰੂਰਤ ਆ। ਮੈਂ ਨਿੰਦ ਨਹੀਂ ਰਿਹਾ ਕਿਸੇ ਨੂੰ, ਪਰ ਇਹ ਗੱਲ, ਇਹ ਮਸਲੇ ਇੰਨੇ ਗੰਭੀਰ ਆ, ਜਿਨ੍ਹਾਂ ਨੂੰ ਇਹਦੀ ਗੰਭੀਰਤਾ ਨਹੀਂ ਸਮਝ ਆ ਰਹੀ ਤਾਂ ਸਿਰ ਜੋੜ ਕੇ ਬੈਠ ਕੇ ਇਹਦੀ ਗੰਭੀਰਤਾ ਨੂੰ ਸਮਝੀਏ। ਕਿਉਂ ਨਹੀਂ ਸਮਝ ਆ ਰਹੀ, ਕਿਉਂ ਮੈਨੂੰ ਇਹ ਲੱਗਿਆ ਮੈਂ ਇਹ ਦੱਸਣਾ ਜ਼ਰੂਰੀ ਸਮਝਦਾ, ਇਸ ਕਰਕੇ ਕਿਉਂਕਿ ਲੋਕਾਂ 'ਚ ਇੰਨਾ ਜ਼ਿਆਦਾ ਉਭਾਰ ਆ, ਲੋਕਾਂ ਨੇ ਜਜ਼ਬਾ ਦਿਖਾਇਆ। ਅਸੀਂ ਮੋਰਚੇ ਵਿੱਢੀ ਬੈਠੇ ਹਾਂ, ਪੱਕੇ ਮੋਰਚੇ ਵਿੱਢੀ ਬੈਠੇ ਹਾਂ। ਤੁਸੀਂ ਮੈਨੂੰ ਜੋ ਕਹੀ ਜਾਓ ਮਰਜ਼ੀ, ਮੈਨੂੰ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਪਰ ਜਦੋਂ ਤੁਹਾਡੇ ਕੋਲ ਮੈਨੂੰ ਕੋਈ ਵਿਜ਼ਨ ਨਹੀਂ ਦਿਖਦਾ ਜਥੇਬੰਦੀਆਂ ਕੋਲ, ਜਾਂ ਤੁਹਾਡੇ ਕੋਲ ਮੈਨੂੰ ਕੋਈ ਪਲਾਨ ਬੀ ਨਹੀਂ ਦਿਸਦਾ, ਮੈਂ ਕਿਹਾ ਸੀ ਇਹਨਾਂ ਕੋਲ ਪਲਾਨ ਬੀ ਹੈ ਨਹੀਂ। ਸੋ ਗੱਲ ਇਹ ਆ, ਜਦੋਂ ਸੁਪਰੀਮ ਕੋਰਟ ਜਾਣਾ ਮਸਲੇ ਨੂੰ ਲੈ ਕੇ, ਕਾਨੂੰਨੀ ਲੜਾਈ ਲੜਨੀ ਆ, ਉਹਦੀ ਰਣਨੀਤੀ ਕੀ ਹੋਣੀ ਚਾਹੀਦੀ ਹੈ, ਇਹ ਬਹੁਤ ਲਾਜ਼ਮੀ ਅਤੇ ਜ਼ਰੂਰੀ ਗੱਲ ਆ। ਰਣਨੀਤੀ ਮੈਨੂੰ ਨਹੀਂ ਲੱਗਦਾ ਇਹਨਾਂ ਨੇ ਬਣਾਈ ਆ, ਕਿਉਂਕਿ ਪਟੀਸ਼ਨ ਫਾਈਲ ਕਰਤੀ, ਇੱਕ ਪਟੀਸ਼ਨ ਦੇ ਗਰਾਊਂਡਸ ਕੀ ਹੋਣੇ ਚਾਹੀਦੇ ਆ ਇਹ ਕਿਸੇ ਨਾਲ ਡਿਸਕਸ ਨਹੀਂ ਹੋਇਆ। ਇਕੱਤੀ ਦੀਆਂ ਇਕੱਤੀ ਜਥੇਬੰਦੀਆਂ ਦਾ ਉਸ ਪਟੀਸ਼ਨ ਦੇ ਉੱਤੇ ਡਿਸੀਜਨ ਇੱਕ ਆ ਨਹੀਂ ਆ, ਇਹ ਕਿਸੇ ਨੇ ਡਿਸਾਈਡ ਨਹੀਂ ਕੀਤਾ। ਕਿਹੜੇ ਲੀਗਲ ਬ੍ਰੇਨਸ ਨੇ ਉਹਦੇ 'ਤੇ, ਉਹਦੇ ਗਰਾਊਂਡਸ 'ਤੇ ਆਪਦਾ ਸਿਰ ਜੋੜ ਕੇ ਬੈਠੇ ਆ ਅਤੇ ਗਰਾਊਂਡਸ ਕ੍ਰੀਏਟ ਕੀਤੇ ਆ, ਇਹ ਫਿਰ ਵੀ ਛੁਪੀ ਹੋਈ ਗੱਲ ਆ। ਅਗਲੀ ਗੱਲ, ਜਦੋਂ ਪਟੀਸ਼ਨ ਫਾਈਲ ਹੁੰਦੀ ਆ, ਤੁਹਾਡਾ ਸੁਪਰੀਮ ਕੋਰਟ 'ਚ AOR ਐਡਵੋਕੇਟ ਔਨ ਰਿਕਾਰਡ ਕੌਣ ਆ, ਤੁਹਾਡਾ ਸੁਪਰੀਮ ਕੋਰਟ ਦੇ ਅੰਦਰ ਕਾਉਂਸਲ ਕੌਣ ਆ, ਇਹ ਬਹੁਤ ਬਹੁਤ ਜ਼ਰੂਰੀ ਗੱਲਾਂ। ਕਿਉਂਕਿ ਇੱਕ ਕਹਾਵਤ ਆ ਲੀਗਲ ਫੀਲਡ ਦੀ, ਇਟਸ ਨੋਟ ਦ ਕੇਸਿਸ ਇਟਸ ਦ ਫੇਸਿਸ ਵਿਚ ਮੇਕਸ ਦ ਕੋਰਟ। ਜਿਹੜੀ ਮੇਰੀ ਇੱਥੇ ਖਾਦਸ਼ਾ, ਜਾਂ ਮੈਂ ਕਹਿ ਸਕਦਾ ਜਿਸ ਗੱਲ ਨੂੰ ਸਮਝ ਕੇ ਮੈਂ ਅੱਜ ਗੱਲ ਕਰ ਰਿਹਾ, ਬਾਈ ਚਾਂਸ ਜੇ ਕੋਈ ਵੀਕ ਪਟੀਸ਼ਨ ਫਾਈਲ ਕਰਤੀ, ਵੀਕ ਗਰਾਊਂਡਸ ਤਿਆਰ ਕਰ ਲਏ, ਤਾਂ ਸਾਡਾ ਸੰਘਰਸ਼ ਉੱਥੇ ਹੀ ਡੁੱਬ ਜਾਣਾ। ਕੋਰਟ ਨੇ ਐਡਜੂਡੀਕੇਟ ਕਰ ਦੇਣਾ ਗਵਰਨਮੈਂਟ ਦੇ ਫੇਵਰ 'ਚ, ਕਿਉਂਕਿ ਗਵਰਨਮੈਂਟ ਹੋ ਸਕਦਾ ਕਿਤੇ ਨਾ ਕਿਤੇ ਸਰਕਾਰ ਕੋਈ ਵੀਕ ਪਟੀਸ਼ਨ ਵੀਕ ਕੇਸ ਕੋਰਟ 'ਚ ਕਿਸੇ ਜਥੇਬੰਦੀ ਦੇ ਥਰੂ ਫਾਈਲ ਕਰਾ ਲਏ, ਉਹ ਫਾਈਲ ਕਰਾਉਣ ਤੋਂ ਬਾਅਦ ਆਪਦੇ ਫੇਵਰ 'ਚ ਉਹਨੂੰ ਡਿਸਾਈਡ ਕਰਵਾ ਲਏ। ਯੂਨੀਅਨ ਗਵਰਨਮੈਂਟ ਦੇ ਫੇਵਰ 'ਚ ਜਦੋਂ ਡਿਸਾਈਡ ਹੋ ਗਿਆ, ਅਗਲੀ ਕੋਈ ਵੀ ਪਟੀਸ਼ਨ ਫਾਈਲ ਕਰੂਗਾ ਦੈਟ ਵਿਲ ਨੋਟ ਬੀ ਐਂਟਰਟੇਨਡ, ਉਹਨੇ ਕੋਰਟ ਨੇ ਉਹਨੂੰ ਦਾਖਲ ਹੀ ਨਹੀਂ ਕਰਨਾ, ਕਿਉਂਕਿ ਦੇਰ ਇਜ਼ ਅ ਪ੍ਰਿੰਸੀਪਲ ਕਾਲਡ ਰੈਸ ਜੂਡੀਕਾਟਾ, ਮੀਨਸ ਦੈਟ ਵਾਂਸ ਅ ਮੈਟਰ ਇਜ਼ ਡਿਸਾਈਡਡ ਅਬਾਊਟ ਅ ਸਬਜੈਕਟ ਮੈਟਰ ਅਬਾਊਟ ਐਨੀਥਿੰਗ ਵਿਚ ਇਜ਼ ਪ੍ਰੋਬਲੀ ਅਫੈਕਟਿੰਗ ਲੋਟ ਆਫ ਐਗਰੀਵਡ ਪਾਰਟੀਜ਼, ਮੀਨਸ ਇਹਦਾ ਮੈਂ ਮਤਲਬ ਦੱਸ ਦਿੰਦਾ, ਇੱਕ ਜਿਹੜਾ ਕੇਸ ਪਹਿਲਾਂ ਹੀ ਐਡਜੂਡੀਕੇਟ ਹੋ ਜਾਂਦਾ, ਡਿਸਾਈਡ ਹੋ ਜਾਂਦਾ, ਜਿਹੜਾ ਬਹੁਤ ਸਾਰੀਆਂ ਐਗਰੀਵਡ ਪਾਰਟੀਆਂ ਜਿਹੜੀਆਂ ਉਹਦੇ ਤੋਂ ਪ੍ਰਭਾਵਿਤ ਪਾਰਟੀਆਂ ਜਾਂ ਜਥੇਬੰਦੀਆਂ ਜਾਂ ਕਿਸਾਨ ਜਥੇਬੰਦੀਆਂ ਉਹਨਾਂ ਨੂੰ ਅਫੈਕਟ ਕਰਦਾ। ਜੇ ਉਹ ਕੇਸ ਇੱਕ ਵਾਰੀ ਡਿਸਾਈਡ ਹੋ ਗਿਆ ਤਾਂ ਵਾਰੀ ਵਾਰੀ ਉਹੋ ਜਿਹੇ ਕੇਸ ਸੁਪਰੀਮ ਕੋਰਟ ਨੇ ਮੁੜ ਕੇ ਦਾਖਲ ਹੀ ਨਹੀਂ ਕਰਨੇ। ਹੁਣ ਮੇਰਾ ਖਦਸ਼ਾ ਇਹ ਆ ਵੀ ਜੇ ਤੁਸੀਂ ਪਟੀਸ਼ਨ ਫਾਈਲ ਕਰਦੇ ਹੋ, ਕਿਸਾਨ ਜਥੇਬੰਦੀਆਂ ਮੈਨੂੰ ਇਹਦਾ ਜਵਾਬ ਦੇਣ, ਤੁਹਾਡੇ ਤੋਂ ਪੁੱਛ ਕੇ ਪਟੀਸ਼ਨ ਫਾਈਲ ਕੀਤੀ ਗਈ ਆ, ਕਿਸੇ ਦੀ ਸਹਿਮਤੀ ਹੈ, ਤੁਸੀਂ ਮੈਨੂੰ ਕਹਿੰਦੇ ਹੋ ਵੀ ਦੀਪ ਸਿੱਧੂ ਸਾਡੇ ਤੋਂ ਵੱਖ ਚੱਲਦਾ, ਮੈਂ ਵੱਖ ਨਹੀਂ ਚੱਲਦਾ, ਮੈਂ ਤੁਹਾਡੇ ਨਾਲ ਚੱਲਦਾ, ਪਰ ਜਦੋਂ ਤੁਹਾਡੇ ਕੋਲ ਕੋਈ ਪਲਾਨ ਨਹੀਂ ਹੁੰਦਾ, ਜਦੋਂ ਤੁਹਾਡੇ ਕੋਲ ਕੋਈ ਹੱਲ ਨਹੀਂ ਹੁੰਦਾ, ਤੁਹਾਡੇ ਆਪਦੇ ਕੋਲ ਇੱਕ ਕੋਈ ਪਲਾਨ ਆਫ ਐਕਸ਼ਨ ਨਹੀਂ ਆ, ਫਿਰ ਮੈਂ ਆਪਦੀ ਧਰਤੀ ਨਾਲ ਕਿਵੇਂ ਗਦਾਰੀ ਕਰ ਲਾਂ, ਕਿਵੇਂ ਮੈਂ ਤੁਹਾਡੇ ਪਿੱਛੇ ਲੱਗ ਜਾਂ, ਕਿਵੇਂ ਮੈਂ ਇਹ ਕਹਿਦਾ ਵੀ ਜੋ ਤੁਸੀਂ ਕਹੋਗੇ ਉਹੀ ਕਰਾਂਗੇ, ਫਿਰ ਤਾਂ ਇਹ ਤਾਂ ਗੁਲਾਮੀ ਦੀ ਨਿਸ਼ਾਨੀ ਹੁੰਦੀ ਆ। ਇਸ ਕਰਕੇ ਮੇਰੀ ਬਹੁਤ ਵੱਡੀ ਇਹ ਇਸ ਟਾਈਮ ਮੈਂ ਚਿੰਤਾ ਇੱਡੀ ਗੰਭੀਰ ਆ, ਵੀਕ ਗਰਾਊਂਡਸ 'ਤੇ ਹੋਈ, AOR ਵੀਕ ਹੋਇਆ ਜਿਹੜਾ ਐਡਵੋਕੇਟ ਔਨ ਰਿਕਾਰਡ ਆ, ਜਾਂ ਸਾਡਾ ਚੰਗਾ ਕਾਉਂਸਲ ਨਹੀਂ ਹੋਇਆ ਉੱਥੇ ਸੁਪਰੀਮ ਕੋਰਟ 'ਚ, ਅਸੀਂ
एक मोर्चा जिहड़ा बहुत वड्डी लड़ाई सानू जित के दे सकदा जां उत्थे असीं लड़ाई इस तरह लड़ सकते हैं जे किते उत्थे सरकारां ने गल नहीं सुनी। फिर असीं न्याय लैण गए उत्थे जदों न्याय लईदा हुंदा किसी लैजिस्लेशन नू चैलेंज करीदा हुंदा उहदे ग्राउंड्स बहुत ज़्यादा इंपॉर्टेंट हुंदे आ उहदे ग्राउंड्स ते बड़ा मत्था मारना पैंदा। कॉन्स्टिट्यूशनल एक्सपर्ट संविधान दे एक्सपर्ट जिहड़े लॉयर्स आ ਉਹ ਬੈਠਦੇ ਆ ਉਹ ਸਿਰ ਜੋੜ ਕੇ ਉਹਦੇ ਗਰਾਊਂਡਸ 'ਤੇ ਮੱਥਾ ਮਾਰ ਕੇ ਪਟੀਸ਼ਨ 'ਚ ਦਾਖਲ ਕਰਕੇ ਉਹਨੂੰ ਫਾਈਲ ਕਰਦੇ ਆ ਅਤੇ ਉਹਨਾਂ 'ਤੇ ਫਿਰ ਬਹਿਸ ਹੁੰਦੀ ਆ ਕਿਸੇ ਚੰਗੇ ਕਾਉਂਸਲ ਨੂੰ ਲੈ ਕੇ ਕੋਨਸਟੀਟਿਊਸ਼ਨ ਦੇ ਐਕਸਪਰਟ ਨੂੰ ਲੈ ਕੇ। ਮੈਨੂੰ ਨਹੀਂ ਲੱਗਦਾ ਜਿਸ ਜਥੇਬੰਦੀ ਨੇ ਇਹ ਫਾਈਲ ਕੀਤੀ ਆ ਜੇ ਬਾਕੀ ਜਥੇਬੰਦੀਆਂ ਦੀ ਇਹਦੇ 'ਤੇ ਸਹਿਮਤੀ ਆ ਤਾਂ ਇਹ ਸਾਰਾ ਕੁਛ ਕੀਤਾ ਗਿਆ। ਮੈਨੂੰ ਐਂ ਲੱਗਦਾ ਸਰਕਾਰ ਨੇ ਇੱਕ ਵੀਕ ਪਟੀਸ਼ਨ ਫਾਈਲ ਕਰਾ ਲੈਣੀ ਆ, ਸਰਕਾਰ ਨੇ ਆਪਦੇ ਫੇਵਰ 'ਚ ਸੁਪਰੀਮ ਕੋਰਟ ਤੋਂ ਡਿਸਾਈਡ ਵੀ ਕਰਾ ਲੈਣੀ ਆ, ਮੁੜ ਕੇ ਅਸੀਂ ਸੁਪਰੀਮ ਕੋਰਟ ਜਾਣ ਜੋਗੇ ਵੀ ਨਹੀਂ ਰਹਿਣਾ। ਸੋ ਬਾਈ ਜੀ, ਤੁਸੀਂ ਮਸਲੇ ਦੀ ਗੰਭੀਰਤਾ ਨੂੰ ਕਿਉਂ ਨਹੀਂ ਸਮਝ ਰਹੇ? ਕਿਸਾਨ ਜਥੇਬੰਦੀਆਂ ਨੂੰ ਮੇਰੀ ਬੇਨਤੀ ਆ ਹੱਥ ਜੋੜ ਕੇ, ਤੁਸੀਂ ਕਿਉਂ ਇੱਕ ਦੂਜੇ ਨੂੰ ਨਿੰਦਣ 'ਚ ਲੱਗੇ ਹੋ? ਮੈਂ ਕਿਹਾ ਸੀ ਤੁਹਾਡੇ ਕੋਲ ਪਲੈਨ ਬੀ ਹੈ ਨਹੀਂ। ਇਸ ਪਟੀਸ਼ਨ ਦੇ ਫਾਈਲ ਹੋਣ ਤੋਂ ਮੈਨੂੰ ਪਤਾ ਲੱਗ ਗਿਆ ਤੁਹਾਡੇ ਕੋਲ ਪਲੈਨ ਬੀ ਹੈ ਨਹੀਂ। ਸੋ ਜੇ ਤੁਸੀਂ ਲੋਕਾਂ ਦੇ ਇਸ ਉਭਾਰ ਨੂੰ, ਲੋਕਾਂ ਦੇ ਹੌਸਲੇ ਨੂੰ, ਲੋਕਾਂ ਦੇ ਅੰਦਰ ਜਿਹੜਾ ਜਜ਼ਬਾ ਉਹਨੂੰ ਇਸ ਤਰ੍ਹਾਂ ਨਾਲ ਗਲਤ ਸਟੈਪ ਲੈ ਕੇ ਵੇਚਣਾ, ਫਿਰ ਕੀ ਕਰ ਸਕਦੇ ਹਾਂ ਅਸੀਂ ਇੱਥੇ ਮੋਰਚਿਆਂ 'ਤੇ ਬੈਠ ਕੇ? ਇਕੱਲਾ ਇੱਥੇ ਸਾਨੂੰ ਬੈਠ ਕੇ ਕੁਛ ਨਹੀਂ ਨਿਕਲਣਾ। ਮੈਂ ਬੰਦੀ ਕਰੀਏ, ਆ ਜਾਓ ਆਪਾਂ ਬਾਕੀ ਸਟੇਟਾਂ ਨਾਲ, ਹੋਰ ਸਟੇਟਾਂ ਨਾਲ ਵੀ ਆਪਦੀ ਇਹ ਮੁਹਿੰਮ ਉੱਥੋਂ ਤੱਕ ਲੈ ਕੇ ਜਾਈਏ, ਇਹਨੂੰ ਪੂਰੇ ਭਾਰਤ 'ਚ ਫੈਲਾਈਏ, ਬਾਕੀ ਸੂਬਿਆਂ ਨਾਲ ਗੱਲ ਕਰਕੇ। ਉਹਦੇ 'ਤੇ ਕਹਿੰਦੇ ਸਾਡੇ ਕੋਲ ਬਹੁਤ ਯੂਨੀਅਨਾਂ ਵੱਖ ਵੱਖ ਸਟੇਟਾਂ 'ਚ ਬੈਠੀਆਂ, ਅਸੀਂ ਤਾਂ ਯੂਨੀਅਨਾਂ ਬੈਠੀਆਂ ਤਾਂ ਉਹਨਾਂ ਨਾਲ ਗੱਲ ਕਰੋ, ਇਸ ਅੰਦੋਲਨ ਨੂੰ ਉੱਥੇ ਵੀ ਪੈਦਾ ਕਰੋ। ਇਹ ਕੌਣ ਕਰੂਗਾ? ਕੀ ਸਟੈਪ ਲਏ ਜਾ ਰਹੇ ਆ? ਇਸ ਲਈ ਮੈਂ ਕਿਤੇ ਦਾ ਕਹੀ ਜਾਂਦਾ, ਰੇਲਾਂ ਰੋਕੀ ਜਾਂਦੀਆਂ ਅਸੀਂ, ਰੇਲਾਂ ਰੋਕਣ ਦਾ ਜਿੰਨਾ ਖਰਚਾ ਸੈਂਟਰ ਲੂਜ਼ ਕਰ ਰਿਹਾ, ਜਿਹੜੀ ਉਹਦੀ ਕਮਾਈ, ਉਹ ਪੰਜਾਬ 'ਤੇ ਪੈ ਜਾਣਾ, ਸਾਨੂੰ ਸਾਡੀਆਂ ਜੇਬਾਂ 'ਚੋਂ ਦੇਣਾ ਪੈਣਾ। ਕਿਉਂ ਨਹੀਂ ਅਸੀਂ ਸਮਝ ਰਹੇ ਗੱਲਾਂ ਨੂੰ? ਅਸੀਂ ਦੂਰਦਰਸ਼ੀ ਹੋ ਕੇ ਕਿਉਂ ਨਹੀਂ ਸੋਚਦੇ? ਕਿਉਂ ਨਹੀਂ ਇਹਦੀ ਸੇਧ ਡਿਸਾਈਡ ਕਰਦੇ? ਇਕੱਠੇ ਸਿਰ ਜੁੜ ਕੇ ਬੈਠ ਕੇ ਇਹਨੂੰ ਡਿਸਾਈਡ ਕਰੀਏ। ਮੈਨੂੰ ਤੁਹਾਡੇ ਨਾਲ ਆ ਕੇ ਗੱਲ ਕਰਨਾ ਜਾਂ ਨਿੰਦਿਆ ਕਰਨ ਦਾ ਕੋਈ ਮਤਲਬ ਨਹੀਂ ਆ, ਪਰ ਇੰਨੇ ਗੈਰ ਜ਼ਿੰਮੇਦਾਰਾਨਾ ਸਟੈਪ ਜਦੋਂ ਲਏ ਜਾਂਦੇ ਆ ਤਾਂ ਬੜਾ ਮਨ ਨੂੰ ਦੁਖੀ ਹੁੰਦੇ ਹਾਂ, ਜਾਂ ਮਨ ਨੂੰ ਇੱਕ ਠੇਸ ਲੱਗਦੀ ਆ ਵੀ ਇਹ ਕੀ ਹੁੰਦਾ ਯਾਰ, ਇਹਦੇ ਬਾਰੇ ਤਾਂ ਗੱਲ ਹੁਣ ਕੀਤੀ ਜਾਣੀ ਚਾਹੀਦੀ ਆ। ਨਹੀਂ, ਮੈਂ ਫਿਰ ਆਪਦੇ ਲੋਕਾਂ ਲਈ ਜਾਂ ਆਪਦੀ ਮਿੱਟੀ ਲਈ ਗਦਾਰੀ ਕਰੂੰਗਾ। ਮੇਰੇ ਤੋਂ ਨਹੀਂ ਹੁੰਦਾ, ਮੇਰੀ ਜਾਗਦੀ ਆ ਜ਼ਮੀਰ। ਮੈਂ ਇਹ ਕਹਾਂ ਵੀ ਅੱਜ ਤੁਹਾਡੀ ਹਾਂ 'ਚ ਹਾਂ ਮਿਲਾ ਕੇ, ਜੇ ਤੁਹਾਡੇ ਕੋਈ ਕੋਲ ਕੋਈ ਪਲੈਨ ਹੀ ਨਹੀਂ ਆ, ਤੁਹਾਡੀ ਹਾਂ 'ਚ ਹਾਂ ਮਿਲਾ ਕੇ ਮੈਂ ਕਹਾਂ ਜਿਵੇਂ ਤੁਸੀਂ ਕਹੋਗੇ ਉਵੇਂ ਕਰੂੰਗਾ, ਤਾਂ ਫਿਰ ਮੈਨੂੰ ਲੱਗਦਾ ਉਹ ਜਾਂ ਤਾਂ ਗੁਲਾਮੀ ਹੋਊਗੀ ਜਾਂ ਗਦਾਰੀ ਹੋਊਗੀ। ਮੇਰੇ ਤੋਂ ਦੋਵੇਂ ਨਹੀਂ ਹੋ ਸਕਦੀਆਂ। ਆਪਾਂ ਸਿਰ ਜੋੜ ਕੇ ਬੈਠੀਏ, ਰਾਹ ਲੱਭੀਏ, ਰਾਹ ਲੱਭੇ ਜਾ ਸਕਦੇ ਆ। ਰਾਜ ਸਰਕਾਰ ਨੂੰ, ਸਾਡੀ ਪੰਜਾਬ ਸਰਕਾਰ ਨੂੰ ਵੀ ਅਸੀਂ ਕਹੀਏ ਵੀ ਇਸ ਲੈਜਿਸਲੇਸ਼ਨ ਜਿਹੜੇ ਇਹ ਲਾਅ ਬਣ ਗਏ ਆ ਹੁਣ, ਇਹਨਾਂ ਨੂੰ ਨਿਗਲੇਟ ਕਰਨ ਵਾਸਤੇ ਰਾਜ ਸਰਕਾਰ ਕੁਛ ਨਾ ਕੁਛ ਸਾਡੇ ਪੰਜਾਬ ਦੇ ਸਟੇਟ ਦੇ, ਕਿਉਂਕਿ ਐਗਰੀਕਲਚਰ ਫਾਰਮਰ ਇਹ ਸਟੇਟ ਸਬਜੈਕਟ ਆ ਕੋਨਸਟੀਟਿਊਸ਼ਨ 'ਚ, ਕੁਛ ਇਹੋ ਜਿਹੇ ਲਾਅਸ ਬਣਾਵੇ ਜਿਹੜੇ ਸੈਂਟਰ ਦੇ ਇਹਨਾਂ ਲੈਜਿਸਲੇਸ਼ਨਸ ਨੂੰ ਨਿਗੇਟ ਕਰੇ, ਇਹਨਾਂ ਨੂੰ ਰੱਦ ਹੀ ਕਰਦੇ। ਸੋ ਇਸ ਕਰਕੇ ਅਸੀਂ ਕਰ ਸਕਦੇ ਹਾਂ, ਹੱਲ ਵੀ ਲੱਭ ਸਕਦੇ ਹਾਂ, ਹੈਗੇ ਆ ਹੱਲ ਸਾਡੇ ਕੋਲ, ਪਰ ਜੇ ਸਿਰ ਜੋੜ ਕੇ ਨਹੀਂ ਬੈਠਾਂਗੇ, ਹਮੇ ਮੈਂ ਇੱਕ ਦੂਜੇ ਨੂੰ ਨਿੰਦਣਾ, ਲੱਤਾਂ ਖਿੱਚਣਾ, ਫਲਾਨਾ ਫਲਾਨੇ ਦਾ ਏਜੰਟ ਆ, ਇਹਨਾਂ ਚੀਜ਼ਾਂ 'ਚ ਰਹਿ ਗਏ। ਅਤੇ ਆਹ ਜਿਹੜੀ ਪਟੀਸ਼ਨ ਪਾਈ ਆ ਇਹ ਪਾਉਣੀ ਚਾਹੀਦੀ ਸੀ, ਪਰ ਇਹਦਾ ਸਮਾਂ ਕੀ ਹੋਣਾ ਚਾਹੀਦਾ ਫਾਈਲ ਕਰਨ ਦਾ, ਇਹ ਕਿਸ ਤਰ੍ਹਾਂ ਫਾਈਲ ਕਰਨੀ ਚਾਹੀਦੀ ਆ, ਗਰਾਊਂਡਸ ਕੀ ਹੋਣੇ ਚਾਹੀਦੇ ਆ, ਸਾਡਾ ਐਡਵੋਕੇਟ ਔਨ ਰਿਕਾਰਡ ਕੀ ਹੋਣਾ ਚਾਹੀਦਾ, ਸਾਡਾ ਕਾਉਂਸਲ ਕਿਹੜਾ ਬੰਦਾ ਹੋਣਾ ਚਾਹੀਦਾ, ਕਿਹੜਾ ਸੁਪਰੀਮ ਕੋਰਟ 'ਚ ਫੇਸਿਸ ਆ ਜਿਹੜੇ ਵਰਕ ਕਰਦੇ ਆ, ਕਿਸ ਬੈਂਚ ਦੇ ਕੋਲ ਜਾਊਗੀ, ਉਸ ਬੈਂਚ ਦੇ ਸਾਹਮਣੇ ਕਿਹੜੇ ਫੇਸਿਸ ਵਰਕ ਕਰਦੇ ਆ, ਆਲ ਦੈਟ ਹੈਜ਼ ਟੂ ਬੀ ਕੰਸਿਡਰਡ। ਆਈ ਡੋਂਟ ਨੋ ਵਾਈ ਵੀ ਆਰ ਨੋਟ ਬ੍ਰੇਨ ਸਟਰੋਮਿੰਗ ਅਬਾਊਟ ਐਨੀਥਿੰਗ, ਬਟ ਵੀ ਆਰ ਬਲੇਮਿੰਗ ਈਚ ਅਦਰ। ਸੋ ਮੇਰੀ ਬੇਨਤੀ ਆ ਤੁਹਾਨੂੰ ਹੱਥ ਜੋੜ ਕੇ ਇਸ ਲੱਤਾਂ ਖਿੱਚਣ ਵਾਲੀ ਪ੍ਰੈਕਟਿਸ 'ਚੋਂ, ਚੱਕ ਲਿਆ ਧਰ ਲਿਆ ਵਾਲੇ ਕੰਮ 'ਚੋਂ ਨਿਕਲੀਏ, ਅਸੀਂ ਸਿਰ ਜੋੜ ਕੇ ਬੈਠੀਏ। ਜਥੇਬੰਦੀਆਂ ਨੂੰ ਵੀ ਬੇਨਤੀ ਆ, ਹੱਲ ਨਿਕਲਿਆ ਆਊਗਾ, ਹੱਲ ਹੈਗੇ ਆ। ਸੋ ਨਿਮਰਤਾ ਸਹਿਤ, ਪਿਆਰ ਅਤੇ ਸਤਿਕਾਰ ਨਾਲ ਮੈਂ ਬੇਨਤੀ ਕਰਦਾ, ਸਿਰ ਜੋੜ ਕੇ ਬੈਠੋ, ਬ੍ਰੇਨ ਸਟਰੋਮ ਕਰੀਏ ਅਤੇ ਕੋਈ ਨਾ ਕੋਈ ਹੱਲ ਕੱਢੀਏ, ਕਿਉਂਕਿ ਅਸੀਂ ਹੁਣ ਲੋਕਾਂ ਦਾ ਭਲਾ ਕਰਨਾ, ਇਹੀ ਮੇਰੀ ਬੇਨਤੀ ਆ ਜੀ ਸਾਰਿਆਂ ਨੂੰ। ਪਿਆਰ ਅਤੇ ਸਤਿਕਾਰ ਇੱਕ ਵਾਰੀ ਫਿਰ ਮੇਰੇ ਵੱਲੋਂ, ਸਤਿ ਸ਼੍ਰੀ ਅਕਾਲ।